دیو اجازت دیو اجازت مولا عباس دی چپ سنا وا او چپ ام البنین دے پچھڑے ਤੁਹਾਡੇ ਮਜ਼ਹਬ ਵਿੱਚ ਮਾਤਮ ਜਾਇਜ਼ ਹੈ ਜੀ ਨੌਕਰਾਂ ਲੱਖ ਵਾਰੀ ਪੜਾਂ ਇਹ ਲਫ਼ਜ਼ ਮੈਂ ਵੱਲ ਪੜਦਾ ਤ੍ਰੀਏ ਲਫ਼ਜ਼ ਤੇ ਤਾਜ਼ਾਦਾਰਾ ਮਾਤਮ ਕਰਨਾ ਮੈਂ ਗੁਜ਼ਾਰਿਸ਼ ਕੀਤੀ ਹੈ ਚੁੱਪ ਉਮਲ ਬਨੀਨ ਦੇ ਪਛੜੇ ਦੀਵਾ ਬਿਸਮਿਲ੍ਲਾ ਬਿਸਮਿਲ੍ਲਾ ਕਰਾ ਇਹ ਤਾਂ ਪਿੰਡ ਹੋਈ ਖੈਰਾਤ ਹੈ ਮੇਰਾ ਦਿਲ ਨਹੀਂ ਮੈਂ ਸਿਰਫ ਚੁੱਪਣਾ ਮੇਰਾ ਜ਼ਦਾਰਾ ਤੇ ਇੱਕ ਸਵਾਲ ਹੈ ਮੈਨੂੰ ਅੱਲਾ ਦੇ ਨਾਂ ਤੇ ਇਤਨਾ ਦੱਸੋ ਮੇਰੇ ਆਕਾ ਅਬਾਸ ਦਾ ਜ਼ੀਨ ਤੂੰ ਲਾਣਾ ਕੋਈ ਸੌਖਾ ਮੈਂ ਡਰਦਾ ਖੜਾ ਇੱਕ ਮਿੰਨਤ ਕਰੇ ਨਾ ਜਿਤਨੇ ਗਾਜ਼ੀ ਦੇ ਮਾਤਮੀ ਹੋ ਜਿਹੜੇ ਖੂਨ ਦਾ ਪੁਰਸਾ ਦਿੰਦੇ ਹੋ ਮਿੰਨਤ ਕਰੇ ਨਾ ਇੱਕ ਵਾਰੀ ਹੱਥ ਬੁਲੰਦ ਕਰੇ ਯਾ ਸੈਯਦਾ ਮੈਂ ਆਪ ਵੀ ਪੁਰਸਾ ਦਿੰਦਾ ਮੈਂ ਤੁਹਾਡੇ ਹੱਥਾਂ ਦੀ ਜ਼ਿਆਰਤ ਕਰ ਲਈ ਅੱਜ ਗਾਜ਼ੀ ਦੇ ਮਾਤਮੀ ਦਿਓ ਇਜਾਜ਼ਤ ਜ਼ੀਨ ਤੂੰ ਲਾਣਾ ਸੁਣਾਵਾਂ ਬੋਲ ਕੇ ਦੱਸੋ ਦਿਓ ਇਜਾਜ਼ਤ ਪਹਿਲੇ ਮਾਤਮ ਮੈਂ ਕਰ ਲੈਣਾ ਜੋ ਕੋਈ ਸ਼ਰਮਾਵੇ ਨਹੀਂ ਇਹ ਬਾਰਗਾਹ ਹੈ ਮੈਨੂੰ ਬਾਰਗਾਹ ਦੀ ਕਸਮ ਹੈ ਇਹ ਪਾਕ ਮਿੰਬਰ ਕਬਰੇ ਹੁਸੈਨ ਹੈ ਮੈਨੂੰ ਮਿੰਬਰ ਦੀ ਕਸਮ ਹੈ ਇਹ ਗਾਜ਼ੀ ਦਾ ਅਲਮ ਹੈ ਮੈਨੂੰ ਅਲਮ ਦੀ ਕਸਮ ਹੈ ਮੈਨੂੰ ਅਲਮਾ ਵਾਲੇ ਦੀ ਕਸਮ ਹੈ ਮੈਂ ਕਸਮ ਚਾਹ ਕੇ ਪਿਆਦਾ ਹੈ ਕੋ ਉਮਲ ਬਨੀਨ ਪਛੜੇ ਕੀ ਸਾਰੀ ਹੁਣ ਮਾਤਮ ਕਰਨਾ ਲੰਮਾ ਵਾਲੇ ਦਾ ਜੀ ਬਾਬਾ ਹੋ ਗਈ ਮੁਕਾਨ ਰਾਜ਼ੀ ਹੋ ਗਈ ਮੁਕਾਨ ਜੀ ਹੌਸਲਾ ਬਜ਼ੁਰਗੋ ਹੌਸਲਾ ਹੌਸਲਾ ਪੜਦਾ ਚੁੱਪ ਵਾਅਦਾ ਕੀਤਾ ਕੋਸ਼ਿਸ਼ ਕਰਨਾ ਉਸ ਰੰਗ ਨਾਲ ਪੜਾਂ ਜਿਵੇਂ ਬਜ਼ੁਰਗ ਪੜਦੇ ਹੁੰਦੇ ਆ ਮੈਂ ਜਵਾਨਾਂ ਦੇ ਚਿਹਰੇ ਵੇਖ ਰਿਹਾ ਆਪਣੇ ਜਜ਼ਬਾਤ ਤੇ ਕਾਬੂ ਰੱਖਣਾ ਸਤਰਾਂ ਔਖੀਆਂ ਬਜ਼ੁਰਗ ਪੜਦੇ ਹੁੰਦੇ ਆ 2:55 ਤੇ ਮੇਰੇ ਆਕਾ ਹੁਸੈਨ ਦੀ ਸ਼ਹਾਦਤ ਬਜ਼ੁਰਗ ਪੜਦੇ ਹੁੰਦੇ ਆ ਜਿਹੜੇ ਵੇਲੇ ਸਾਡੇ ਤਰਾਏ ਹੋਏ ਲਾਸ਼ਾਂ ਤੇ ਘੋੜੇ ਫਜ ਗਏ ਹੌਸਲਾ ਜਵਾਨੋ ਲਾਸ਼ਾਂ ਤੇ ਘੋੜੇ ਭਜਾ ਕੇ ਨਾ ਖਿਆਮ ਲੁੱਟਣੇ ਸ਼ੁਰੂ ਕੀਤੇ ਖਿਆਮ ਲੁੱਟੇ ਲਿਆ ਸ਼ਿਮਰ ਦੇ ਹੱਥ ਚ ਕਾਈ ਸ਼ੈ ਆਈ ਹੈ
ہاتھ اچ کر کے اتھے آیا ہے جتھے غازی دی لاش آئی کول کھلو کے اچھا بول کے آدھے غازی جے بی بی دے پردہ کی دے مت میرا تجھے تے سوال ہے اس چادر سوکھی لٹی ہے دیو دیو جواب ناراض نہ ہوئے شمر کمینے نیزے نال آلیہ دی چادر لائیے صرف چادر نہیں لتھی خون زمین علی دی تھی خاک تے جھڑیے بی بی آدھی ہے جے لٹ لئیے چادر I'm gonna go get my